ਪੰਜਾਬ ਸਰਕਾਰ ਨੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਵਾਸਤੇ ਸਪੈਸ਼ਲ ਨੀਤੀਆਂ ਤਿਆਰ ਕੀਤੀਆਂ ਨੇ ਇਹ ਵੀ ਕਿਹਾ ਕਿ ਆਇਲਟਸ ਵੀ ਸਰਕਾਰ ਆਪਣੇ ਖਰਚੇ ਤੇ ਕਰਾਏਗੀ ਨੌਜਵਾਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਏਗੀ ਤੇ ਜਿਹੜੇ ਨੌਜਵਾਨ ਲੋਨ ਲੈਣਗੇ ਉਹ ਲੋਨ ਵੀ ਬਿਨਾ ਇੰਟਰਸਟ ਤੋਂ ਪੰਜਾਬ ਸਰਕਾਰ ਦਵਾਏਗੀ ਇਹਦਾ ਇੱਕ ਨੁਕਸਾਨ ਵੀ ਹੈ ਜੋ ਟਰੈਵਲਿੰਗ ਏਜੰਸੀ ਦਾ ਕਾਰੋਬਾਰ ਕਰਦੇ ਨੇ ਜਾਂ ਫਿਰ ਆਇਲਟਸ ਦੇ ਸੈਂਟਰ ਖੋਲੇ ਹੋਏ ਨੇ ਉਹਨਾਂ ਨੂੰ ਇੱਕ ਦਿੱਕਤ ਆ ਰਹੀ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਰੋਜ਼ਗਾਰ ਨੂੰ ਤੇ ਉਹਨਾਂ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਕਰਮਚਾਰੀਆਂ ਦੇ ਰੋਜ਼ਗਾਰ ਨੂੰ ਵੱਡਾ ਨੁਕਸਾਨ ਹੋਏਗਾ ਗੱਲ ਕਰਦੇ ਆ ਸਾਡੇ ਨਾਲ ਨੇ ਅਸ਼ੋਕ ਪਾਟਿਆ ਜੀ ਤੇ ਨਾਲ ਹੋਰ ਕੁਝ ਇਹਨਾਂ ਦੇ ਆਗੂ ਬਕਾਇਦਾ ਇਹਨਾਂ ਨੇ ਯੂਨਾਈਟਿਡ ਫੋਰਮ ਬਣਾਇਆ ਇਕੱਠੇ ਹੋ ਕੇ ਸੋ ਗੱਲ ਕਰਾਂਗੇ ਦੂਜੇ ਪਾਸੇ ਇੱਕ ਗੱਲ ਇਹ ਵੀ ਹੈ ਕਿ ਟਰੈਵਲ ਏਜੰਟੀ ਦੇ ਵਿੱਚ ਜੋ ਕਾਲੀਆਂ ਭੇਡਾਂ ਨੇ ਏਜੰਟਾਂ ਦੇ ਵਿੱਚ ਠੱਗੀਆਂ ਠੋਰੀਆਂ ਕਰਦਿਆਂ ਨੇ ਉਹ ਤੋਂ ਲੋਕ ਦੁਖੀ ਵੀ ਨੇ ਲੋਕਾਂ ਨੂੰ ਚੰਨੀ ਦੇ ਫੈਸਲੇ ਤੋਂ ਕੁਝ ਰਾਹਤ ਵੀ ਆ ਪਰ ਟਰੈਵਲ ਜੰਟਾਂ ਨੂੰ ਕੁਝ ਪਰੇਸ਼ਾਨੀ ਵੀ ਆ ਸ਼ੋਭ ਜੀ ਕੀ ਲੱਗਦਾ ਕਿ ਲੋਕਾਂ ਨੂੰ ਥੋੜੀ ਖੁਸ਼ੀ ਤਾਂ ਹੈ ਕਿ ਟਰੈਵਲ ਜੰਟੀ ਵਾਲੀ ਠੱਗੀ ਠੋਰੀ ਤੋਂ ਬਚ ਰਹਾਂਗੇ ਤੁਹਾਡਾ ਕੀ ਕਹਿਣਾ ਇਸ ਮਸਲੇ ਤੇ ਸਭ ਤੋਂ ਪਹਿਲਾਂ ਜੀ ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਮੇਰੇ ਅਸ਼ੋਕ ਪਾਟੀਆਂ ਵੱਲੋਂ ਐਸੋਸੀਏਸ਼ਨ ਆਫ ਕੰਸਲਟੈਂਟਸ ਫਾਰ ਓਵਰਸੀ ਸੀ ਸਟੱਡੀਜ਼ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਸੀਂ ਸਾਡੀ ਆਵਾਜ਼ ਬੁਲੰਦ ਕਰਨ ਆਏ ਆਂ ਆਵਾਜ਼ ਸਾਡੀ ਗਵਰਨਮੈਂਟ ਤੱਕ ਪਹੁੰਚਾਉਣ ਵਾਸਤੇ ਆਏ ਆਂ ਤੇ ਜਿਹੜਾ ਤੁਹਾਡਾ ਸਵਾਲ ਆ ਜੀ ਇਹ ਲੱਗਦਾ ਹੀ ਆ ਵੀ ਚੰਨੀ ਸਾਹਿਬ ਇਹ ਫ੍ਰੀ ਆਇਲਟਸ ਕਰਾ ਸਕਦੇ ਆ ਜਾਂ ਆਇਲਟਸ ਜਾਂ ਸਟੱਡੀ ਵੀਜ਼ਾ ਵਾਸਤੇ ਬੱਚਿਆਂ ਨੂੰ ਬਾਹਰ ਭੇਜ ਸਕਦੇ ਆ ਮੈਂ ਤਾਂ ਇਹ ਸਵਾਲ ਕਰਦਾ ਚੰਨੀ ਸਾਹਿਬ ਨੂੰ ਵੀ ਚੰਨੀ ਸਾਹਿਬ ਜਿਹੜੇ ਪਹਿਲਾਂ ਤੁਹਾਡੇ ਕੋ ਟੀਚਰ ਆ ਜਿਹੜੇ ਪਹਿਲਾਂ ਤੁਸੀਂ ਨੌਕਰੀਆਂ ਦੇਣ ਤੋਂ ਹਲੇ ਵਾਂਝੇ ਰੱਖੇ ਹੋਆ ਜਿਨ੍ਹਾਂ ਨੂੰ ਪੱਕੇ ਨਹੀਂ ਕਰ ਸਕੇ ਜਿਹੜੇ ਟੈਂਕੀਆਂ ਤੇ ਚੜ੍ਹੇ ਆ ਪਹਿਲਾਂ ਉਹਨਾਂ ਦਾ ਧੰਨਵਾਦ ਸੁਧਾਰ ਲੋ ਤੁਸੀਂ ਹੋਰ ਇੰਡਸਟਰੀ ਨੂੰ ਖਰਾਬ ਕਰਨ ਜਾ ਰਹੇ ਆ ਅਸੀਂ ਤਾਂ ਉਹ ਇੰਡਸਟਰੀ ਆ ਜਿਹੜੇ ਐਨ ਆਰ ਆਈ ਬਣਾਉਂਦੇ ਆ ਪੰਜਾਬ ਨੂੰ ਐਨ ਆਰ ਆਈ ਸਟੇਟ ਬਣਾਉਣ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਆ ਸਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਐਸੋਸੀਏਸ਼ਨਸ ਆ ਜਿੱਥੇ ਯੂਨਾਈਟਿਡ ਫਰੰਟ ਦੇ ਨਾਮ ਤੇ ਅਸੀਂ ਆਏ ਆ ਇੱਥੇ ਤੁਹਾਡੇ ਤੁਹਾਡੇ ਤੱਕ ਆਵਾਜ਼ ਪਹੁੰਚਾਉਣ ਵਾਸਤੇ ਚੰਨੀ ਸਾਹਿਬ ਜਿਹੜਾ ਤੁਸੀਂ ਇਹ ਗੱਲ ਕੀਤੀ ਆ ਵੀ ਅgetElementById ਵੀ ਆਪ ਕਰਵਾਵਾਂਗੇ ਸਟੱਡੀ ਵੀਜ਼ਾ ਵੀ ਆਪ ਕਰਵਾਵਾਂਗੇ ਕਿਹੜੇ ਕਿਹੜੇ ਕੰਮ ਤੁਸੀਂ ਆਪ ਕਰੋਗੇ ਅੱਗੇ ਤੁਹਾਡੀਆਂ ਬਹੁਤ ਗੱਲਾਂ ਸਭ ਤਾਂ ਕਹਿੰਦੇ ਮੈਂ ਹਰ ਕੰਮ ਕਰ ਲੈਣਾ ਅਕਸਰ ਉਹਨਾਂ ਦੇ ਵੀਡੀਓ ਇੰਨੀ ਪੌਪੂਲਰ ਹੁੰਦੀਆਂ ਨੇ ਚਾਹੇ ਗੁੱਲੀ ਡੰਡਾ ਹੋਵੇ ਚਾਹੇ ਖੇਤੀ ਕਰਨੀ ਹੋਵੇ ਚਾਹੇ ਟਾਕੇ ਵੇਚਣੇ ਹੋਣ ਚਾਹੇ ਰੇਡੀਆਂ ਲਾਉਣੀਆਂ ਹੋਣ ਉਹ ਕਰ ਵੀ ਸਕਦੇ ਆ ਤੇ ਹੁਣ ਫਿਰ ਚੰਨੀ ਸਾਹਿਬ ਨੇ ਇਹ ਵੀ ਮੈਨੂੰ ਲੱਗਦਾ ਵੀ ਇਹ ਇਹ ਖਾਤਾ ਖੋਲ ਕੇ ਇਹ ਵੀ ਕਹਿ ਦਣਗੇ ਵੀ ਮੈਂ ਏਜੰਟੀ ਵੀ ਕਰਦਾ ਰਿਹਾ ਹਾਂ ਮਾਫ ਕਰਨਾ ਜੀ ਮਾਫ ਕਰਨਾ ਚੰਨੀ ਸਾਹਿਬ ਇਹ ਸਾਡਾ ਇਹ ਬਿਜ਼ਨਸ ਜਿਹੜਾ ਹੈਗਾ ਸਾਡਾ ਜਿਹੜਾ ਇਹ ਇਹ ਸਾਡਾ ਜਿਹੜਾ ਧੰਦਾ ਹੈ ਸਾਡਾ ਇੰਡਸਟਰੀ ਹੈ ਇਹ 20000 ਲੋਕਾਂ ਨੂੰ ਆਲਰੇਡੀ ਜੌਬ ਦੇ ਚੁੱਕੇ ਆ ਇਹ ਜਿਹੜੇ ਜੌਬਾਂ ਹੈਗੀਆਂ ਫੀਮੇਲਸ ਲਈ ਅਸੀਂ ਸਪੈਸ਼ਲੀ ਨਾਲ ਦੇ ਨਹੀਂ ਨਾ ਤੁਹਾਡਾ ਇਮੇਜ ਬੜਾ ਖਰਾਬ ਕੀਤਾ ਟਰੈਵਲ ਏਜੰਟਾਂ ਦਾ ਮਹੱਲੀ ਦੇ ਵਿੱਚ ਸਾਡੇ ਕੋਲ ਬੜੀਆਂ ਸ਼ਿਕਾਇਤਾਂ ਹੁੰਦੀਆਂ ਨੇ ਕਿ ਪੈਸੇ ਲੈ ਲੇ ਬਾਹਰ ਨਹੀਂ ਭੇਜਾ ਪੈਸੇ ਵੀ ਨਹੀਂ ਵਾਪਸ ਕੀਤੇ ਜੇ 10 20% ਰੱਖ ਲਓ ਗਲ ਬੱਕਰੀਆ ਪੂਰੇ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਤੁਹਾਡਾ ਇਮੇਜ ਖਰਾਬ ਕੀਤਾ ਜੈਨੀ ਸਾਹਿਬ ਸਾਨੂੰ ਤਾਂ 15 ਸਾਲ ਹੋ ਗਏ ਆ ਜੀ ਇਹੀ ਇੰਡਸਟਰੀ ਨੂੰ ਸੁਧਾਰਨੇ ਨੂੰ ਬੜੀ ਹੀ ਮੁਸ਼ਕਲ ਨਾਲ ਸਾਡੀ ਇੰਡਸਟਰੀ ਨੂੰ ਅੱਜ ਰੈਗੂਲਾਈਜ਼ ਕਰ ਕੀਤਾ ਗਵਰਨਮੈਂਟ ਨੇ ਜਿਹੜੀਆਂ ਬਲੈਕ ਸ਼ੀਪਸ ਹੈਗੀਆਂ ਸਾਨੂੰ ਪਤਾ ਹੈਗੀਆਂ ਇਸ ਇੰਡਸਟਰੀ ਚ ਵੀ ਹੈਗੀਆਂ ਤੇ ਉਹ ਉਹਨੂੰ ਖੁੱਲੇ ਆ ਘੁੰਮ ਰਿਹਾ ਫੜੋ ਉਹਨਾਂ ਨੂੰ ਅਸੀਂ ਤੁਹਾਡਾ ਸਾਥ ਦਿੰਨੇ ਆ ਪਰ ਜਿਹੜੇ ਤੁਹਾਡੇ ਲਾਇਸੈਂਸ ਚੁਦਾ ਪਹਿਲਾਂ ਹੀ ਤੁਸੀਂ ਸਾਨੂੰ ਲਾਇਸੈਂਸ ਦਿੱਤਾ ਹੈ ਗਵਰਨਮੈਂਟ ਨੇ ਸਾਨੂੰ ਲਾਇਸੈਂਸ ਦਿੱਤੇ ਹੋਆ ਤੁਸੀਂ ਸਾਨੂੰ ਤਾਂ ਨਾ ਠੱਗ ਕਹੋ ਨਾ ਸਾਡੇ ਪੇਟ ਤੇ ਲੱਤ ਨਾ ਨਾ ਮਾਰੋ ਤੁਸੀਂ ਜਿਹੜੇ ਜਿਹੜੀ ਬਲੈਕ ਸ਼ੀਪਸ ਹੈਗੀਆਂ ਉਹਨਾਂ ਨੂੰ ਫੜੋ ਜਿਹੜੇ ਲੋਕਾਂ ਨੂੰ ਠੱਗਦੇ ਉਹਨਾਂ ਨੂੰ ਫੜੋ ਉਹ ਤਾਂ ਕਿਸੇ ਗਿਣਤੀ 'ਚ ਹੀ ਨਹੀਂ ਹੈਗੇ ਸਿਰਫ 55000 5500 ਬੰਦਿਆਂ ਨੂੰ ਤੁਸੀਂ ਲਾਇਸੈਂਸ ਦਿੱਤਾ ਹੈ ਬਾਕੀ ਜਿਹੜੇ ਅਨ ਅਥੋਰਾਈਜ਼ਡ ਏਜੰਟਸ ਕੰਮ ਕਰ ਰਹੇ ਆ ਉਹਨਾਂ ਲਈ ਤੁਹਾਡੀ ਕੋਈ ਸਕੀਮ ਹੈਗੀ ਆ ਕੋਈ ਸਕੀਮ ਨਹੀਂ ਹੈਗੀ ਉਹਨਾਂ ਦੀ ਕੋਈ ਗਿਣਤੀ ਤੁਹਾਡੇ ਹਿਸਾਬ ਤੇ ਸਰਕਾਰ ਨੂੰ ਸਭ ਪਤਾ ਹੈ ਜੀ ਸਰਕਾਰਾਂ ਆ ਸਾ ਅਸੀਂ ਕਿਦਾਂ ਕਹਿ ਸਕਦੇ ਆ ਵੀ ਹੋਰ 5 ਆ ਜਾਂ 10 ਆ ਜਾਂ 50 ਆ ਇਹ ਸਰਕਾਰਾਂ ਨੂੰ ਸਭ ਸਭ ਕੁਝ ਪਤਾ ਆ ਮੇਰੇ ਹਿਸਾਬ ਨਾਲ ਇਹ ਸਰਕਾਰ ਨੂੰ ਉਹਨਾਂ ਤੇ ਨੱਥ ਪਾਉਂਦੀ ਲੋੜ ਆ ਨਾ ਕਿ ਸਾਡੇ ਬਿਜ਼ਨਸ ਤੇ ਤੁਸੀਂ ਇਹ ਸਮਝ ਰਹੇ ਹੋ ਅੱਜ ਕੱਲ੍ਹ ਕਿ ਡਬਲ ਮਾਰ ਪੈ ਰਹੀ ਆ ਇੱਕ ਲਾਕਡਾਊਨ ਦੀ ਦੂਜਾ ਸਰਕਾਰ ਦੀ ਜੋ ਨੀਤੀਆਂ ਨੇ ਉਹਦੀ ਮਾਰ ਪੈਗੀ ਇਹਦੇ ਬਰ ਕੀ ਕਹਿਣਾ ਕਿ ਲਾਕਡਾਊਨ ਦੇ ਵਿੱਚ ਕਿੰਨਾ ਤੁਹਾਡਾ ਕਾਰੋਬਾਰ ਜਿਹੜਾ ਘਟਿਆ ਪਿਛਲੇ 2 ਸਾਲਾਂ ਤੋਂ ਅਸੀਂ ਕਰੋਨਾ ਦੀ ਮਾਰ ਝੇਲਦੇ ਆ ਰਹੇ ਆ ਨਾ ਨਾ ਤਾਂ ਅਸੀਂ ਕੋਈ ਟੈਕਸ ਰੋਕਿਆ ਨਾ ਅਸੀਂ ਕੋਈ ਕਿਸੇ ਬੱਚੇ ਦੀ ਸੈਲਰੀ ਰੋਕੀ ਜਿੰਨੇ ਵੀ ਸਾਡੇ EMPLOYEE ਹੈਗੇ ਆ ਕਿਰਾਏ ਵੀ ਦਿੰਦੇ ਆ ਰਹੇ ਆ ਬਿਜਲੀ ਦੇ ਬਿੱਲ ਵੀ ਦਿੰਦੇ ਆ ਰਹੇ ਆ ਅਸੀਂ ਫੇਟ ਆ ਗਿਆਂ ਸਾਡਾ ਦਰਦ ਨਹੀਂ ਕਿਸੇ ਨੇ ਵੀ ਸੁਣਿਆ ਚੰਨੀ ਸਾਹਿਬ ਸਾਡਾ ਦਰਦ ਨਹੀਂ ਸੁਣਿਆ ਸਭੋ ਸਾਨੂੰ ਕੰਪਨਸੇਟ ਕਰਨ ਦੀ ਬਜਾਏ ਅਸੀਂ ਮੰਗਦੇ ਨਹੀਂ ਕੰਪਨਸੇਟ ਕੰਪਨਸੇਸ਼ਨ ਵੀ ਨਹੀਂ ਮੰਗਦੇ ਸਾਨੂੰ ਕੰਮ ਕਰਨ ਦੀ ਇਜਾਜ਼ਤ ਦਿਓ ਸਾਡੇ ਪੇਟ ਤੇ ਲੱਤ ਨਾ ਮਾਰੋ ਸਾਡੀ ਸਿਰਫ ਇਹ ਜੀ ਅਕਸਰ ਹੁਣ ਥੋੜੇ ਪੜੇ ਲਿਖੇ ਨੌਜਵਾਨ ਬਾਹਰ ਜਾਂਦੇ ਆ ਉਹ ਸਿੱਧਾ ਆਨਲਾਈਨ ਯੂਨੀਵਰਸਿਟੀ ਨਾਲ ਰਾਬਤਾ ਕਰਦੇ ਆ ਕੰਪਨੀ ਨਾਲ ਰਾਬਤਾ ਕਰਦੇ ਆ ਉਹਦਾ ਵੀ ਕੋਈ ਨੁਕਸਾਨਾ ਕਿਉਂਕਿ ਆਪਾਂ ਨੁਕਸਾਨਾ ਕलिए ਕਿ ਨੌਜਵਾਨੇ ਸਤੇਤ ਹੋ ਗਏ ਜਿਹੜਾ ਤੁਹਾਡਾ ਕਾਰੋਬਾਰ ਇਸ ਕਰਣ ਵੀ ਘਟਿਆ ਹੋ ਸਕਦਾ ਸਰ ਕਾਰੋਬਾਰ ਜਿਹੜੇ ਨੌਜਵਾਨ ਪੜੇ ਲਿਖੇ ਆ ਜਿਹੜੇ ਕਾਫੀ ਆਈਟੀ ਵਿੱਚ ਐਕਸਪਰਟ ਆ ਕੰਪਿਊਟਰ ਤੇ ਐਕਸਪਰਟ ਆ ਉਹ ਬੱਚੇ ਖੁਦ ਐਡਮਿਸ਼ਨ ਵੀ ਲੈ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ ਸਾਡੇ ਵਰਗੇ ਕੰਸਲਟੈਂਟਸ ਦੀ ਲੋੜ ਨਹੀਂ ਹੈਗੀ ਪਰ ਫੀਸ ਤਾਂ ਉਹਨਾਂ ਨੂੰ ਉਨੀ ਦੇਣੀ ਪੈਣੀ ਆ ਨਾ ਜੇ 20000 ਡਾਲਰ ਕਿਸੇ ਯੂਨੀਵਰਸਿਟੀ ਦੀ ਫੀਸ ਆ ਉਸ ਬੱਚੇ ਨੂੰ ਫੀਸ ਉਨੇ ਹੀ ਦੇਣੀ ਪੈਣੀ ਆ ਜੇ ਸਾਡੇ ਕੋਲ ਆਉਂਦਾ ਹੈ ਤਾਂ ਅਸੀਂ ਅਸੀਂ ਆਪਣੀ ਕਮਿਸ਼ਨ ਦੇ ਤੌਰ ਤੇ ਜਿਹੜਾ 2000 ਡਾਲਰ ਅਸੀਂ ਵਾਪਸ ਲੈ ਕੇ ਆਉਂਦੇ ਆ ਅਸੀਂ ਸਰਕਾਰ ਨੂੰ ਉਹਦੇ ਵਿੱਚ ਟੈਕਸ ਪੇ ਕਰਦੇ ਆ ਉਸੀ ਸਟੂਡੈਂਟਸ ਤੋਂ ਨਹੀਂ ਲੈਂਦੇ ਯੂਨੀਵਰਸਿਟੀ ਤੋਂ ਲੈਣੇ ਹਾਂ ਇਹ ਇਸ ਤਰ੍ਹਾਂ ਦਾ ਰੂਲ ਹੈਗਾ ਹਾਂ ਤੇ ਬੱਚੇ ਨੂੰ ਤਾਂ ਫੀਸ ਉਨੀ ਦੇਣੀ ਪੈਣੀ ਚਾਹੇ ਉਹ ਆਪਣੇ ਆਪ ਚ ਇੰਡੀਪੈਂਡੈਂਟਲੀ ਅਪਲਾਈ ਕਰਦੇ ਹੋਵੇ ਚਾਹੇ ਏਜੰਟ ਦੇ ਥਰੂ ਅਪਲਾਈ ਕਰ ਲਵੇ ਬੱਚੇ ਨੂੰ ਫੀਸ ਉਨੀ ਦੇਣੀ ਪੈਣੀ ਆ ਅਸੀਂ ਤਾਂ ਸਰਕਾਰ ਦਾ ਰੈਵਨਿਊ ਜਨਰੇਟ ਕਰ ਰਹੇ ਹਾਂ ਅਸੀਂ ਫੈਲ ਪਰ ਫੈਲ ਖਰਚਾ ਇਹਦਾ ਤੋਂ ਟੈਸਟ ਕਰਾਉਣਾ ਮੈਡੀਕਲ ਟੈਸਟ ਕਰਾਉਣਾ ਉਹਦੇ ਖਰਚੇ ਪਾਉਂਦੇ 6-6000 ਉਹ ਤੇ ਰੋਕ ਕਿਵੇਂ ਲੱਗੂਗੀ ਜਿਹੜੀਆਂ ਸਰਕਾਰ ਕੋਲ ਸ਼ਿਕਾਇਤਾਂ ਪਹੁੰਚੀਆਂ ਨੇ ਤਣਿਓ ਫਿਰ ਨੀਤੀਆਂ ਬਣੀਆਂ ਨਾ ਦੇਖੋ ਜੀ ਉਹ ਐਮਬੈਸੀਜ਼ ਦੀਆਂ ਰਿਕੁਆਇਰਮੈਂਟਸ ਹੈਗੀਆਂ ਜੇ ਕਿਸੇ ਦਾ ਕੋਈ ਮੈਡੀਕਲ ਰਿਕੁਆਇਰਡ ਹੈਗਾ ਤਾਂ ਮੈਡੀਕਲ ਕਰਾਉਣਾ ਹੀ ਪੈਂਦਾ ਉਹ ਉਹਨਾਂ ਦੇ 400 400 ਵਾਲਾ 400 ਵਾਲਾ ਜਿਹੜਾ ਹੈਗਾ ਨਾ ਟੈਸਟ ਉਹਦੇ 6-6000 ਰੁਪਏ ਲੈ ਲੈਂਦੇ ਆ ਸਾਨੂੰ ਕੋਦ ਪਤਾ ਇਹਨਾਂ ਗੱਲਾਂ ਦਾ ਉਹ ਸਰ ਉਹ ਸਾਰੇ ਉਹ ਸਰ ਉਹ ਇਸ ਐਮਬੈਸੀ ਦੀ ਰਿਕੁਆਇਰਮੈਂਟ ਵਿੱਚ 400 ਵਾਲਾ ਕੋਈ ਟੈਸਟ ਨਹੀਂ ਹੈਗਾ ਉਹਨਾਂ ਦੇ ਸੈੱਟ ਪਰਫਾਰਮਾ ਆ ਚਾਹੇ ਆਸਟ੍ਰੇਲੀਅਨ ਹਾਈ ਕਮਿਸ਼ਨਰ ਆ ਚਾਹੇ ਕੈਨੇਡੀਅਨ ਹਾਈ ਕਮਿਸ਼ਨਰ ਆ ਉਹਨਾਂ ਦੇ ਸੈੱਟ ਹਸਪੀਟਲ ਹੈ ਅਥੋਰਾਈਜ਼ ਡਾਕਟਰ ਆ ਉਹਨਾਂ ਕੋਲੋਂ ਹੀ ਡਾਕਟਰ ਮੈਡੀਕਲ ਹੋਣਾ ਜਿਹੜੇ ਜਿਹੜੇ ਤੁਸੀਂ ਕਹਿੰਦੇ ਨਾ ਬਲੈਕ ਸ਼ੀਪਸ ਹੈਗੀਆਂ ਸਾਡੇ ਇੰਡਸਟਰੀ ਵਿੱਚ ਉਹ ਬਲੈਕ ਸ਼ੀਪਸ ਇਦਾਂ ਦਾ ਕੰਮ ਕਰਦੇ ਆ 400 ਵਾਲਾ 4000 ਨੂੰ ਕਰਾਤਾ ਉਹਨਾਂ ਨੂੰ ਫੜ ਸਦੀ ਮਿਲੀ ਬਖਤ ਉਹਨਾਂ ਨਾਲ ਹੁੰਦੀ ਆ ਪੁਲਿਸ ਕਾਰਵਾਈ ਨਹੀਂ ਕਰਦੀ ਜੇ ਕੋਈ ਉਹਨਾਂ ਕੋਲ ਸ਼ਿਕਾਇਤ ਹੁੰਦੀ ਆ ਜੇ ਪੁਲਿਸ ਸਹੀ ਕਾਰਵਾਈ ਕਰਦੀ ਸ਼ਾਇਦ ਤਾਂ ਜਿਹੜੀਆਂ ਭੇਡਾਂ ਨੇ ਖਤਮ ਹੋ ਜਾਂਦੀਆਂ ਕਾਲੀਆਂ ਭੇਡਾਂ ਪੁਲਿਸ ਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਜੀ ਮੈਨੂੰ ਪਤਾ ਪੰਜਾਬ ਦੀ ਪੁਲਿਸ ਬਾਖੂਬੀ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਰਹੀ ਆ ਪਰ ਇਹਨਾਂ ਨੂੰ ਉੱਪਰੋਂ ਅਫਸਰਾਂ ਦਾ ਹੁਕਮ ਜਿੱਦਾਂ ਦਾ ਹੋਊਗਾ ਇਹਨਾਂ ਨੇ ਉਦਾਂ ਦਾ ਕੰਮ ਕਰਨਾ ਜੀ ਜੇ ਉਹ ਗੰਦੀ ਨੋਟਾਂ ਦੀ ਖੇਡ ਆ ਤਾਂ ਸਾਰਿਆਂ ਨੂੰ ਪਤਾ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਸਿੱਧੇ ਤੌਰ ਤੇ ਕਹਿ ਦਿਓ ਇਹਦਾ ਨੁਕਸਾਨ ਵੀ ਕੀ ਆ ਗਾਂਧੀ ਦੇ ਨੋਟਾਂ ਦੀ ਖੇਡ ਮੈਂ ਨਹੀਂ ਸਮਝ ਸਕਦਾ ਜੀ ਇਹ ਜਾਂ ਉਹ ਕਹਿਣਗੇ ਜਿਹਨੇ ਜਿਹੜੇ ਲੈਂਦੇ ਆ ਜਾਂ ਜਿਹੜੇ ਦਿੰਦੇ ਆ ਸਾਡਾ ਬਿਜ਼ਨਸ ਸਾਫ਼ ਸੁਥਰਾ ਅਸੀਂ ਜਿਹੜੇ ਐਸੋਸੀਏਸ਼ਨ ਚ ਵੱਜੇ ਬੰਦੇ ਆ ਅਸੀਂ ਆਪਣਾ ਸਾਫ਼ ਸੁਥਰਾ ਬਿਜ਼ਨਸ ਕਰਦੇ ਆ ਅਸੀਂ ਜਿਹੜੇ ਕੰਸਲਟੈਂਟ ਅਥੋਰਾਈਜ਼ ਕੰਸਲਟੈਂਟਸ ਹੈਗੇ ਆ ਅਸੀਂ ਡੋਮੀਨਲ ਜੇ ਫੀਸ ਲੈ ਕੇ ਕਿਸੇ ਕੋ 5000 ਕਿਸੇ ਕੋ 10000 ਰੁਪਏ ਫੀਸ ਲੈ ਕੇ ਉਹਦਾ ਸਟੱਡੀ ਵੀਜ਼ ਆ ਪ੍ਰੋਸੈਸ ਕਰਾਉਂਦੇ ਆ ਔਰ ਪੰਜਾਬ ਨੂੰ ਐਨ ਆਰ ਆਈ ਬਣਾਉਂਦੇ ਆ ਤੁਸੀਂ ਚੰਨੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਤੁਸੀਂ ਇੱਥੇ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਰੋਜ਼ਗਾਰ ਨੂੰ ਖਤਰਾ ਹੋ ਗਿਆ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਹਰ ਸਾਡੇ ਨਾਲ ਜਿੰਨੇ ਵੀ ਜੁੜੇ ਹੋਏ ਇਹ ਸਾਡੇ ਕੰਸਲਟੈਂਟਸ ਆ ਕਿਸੇ ਦਾ ਕੋਈ 15 ਸਾਲ ਦਾ ਐਕਸਪੀਰੀਅੰਸ ਆ ਕਿਸੇ ਦਾ 17 ਸਾਲ ਦਾ ਕੋਈ 20 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਆ ਜਦੋਂ ਇੱਕ ਕੋਈ ਸਟੂਡੈਂਟ ਸਾਡੇ ਕੋਲ ਆਂਦਾ ਤੇ ਅਸੀਂ ਉਹਨੂੰ ਹਰ ਤਰ੍ਹਾਂ ਦੇ ਨਾਲ ਉਹਦੀ ਮਦਦ ਕਰਦੇ ਆਂ ਕਿ ਉਹ ਇੱਕ ਸਹੀ ਕਾਲਜ ਚੁਣ ਸਕੇ ਕੋਈ ਇੱਕ ਅੱਛਾ ਜਿਹੜਾ ਕੋਰਸ ਲੈ ਸਕੇ ਉਹਨੂੰ ਅੱਗੇ ਪੜ੍ਹਾਈ ਤੋਂ ਬਾਅਦ ਉਹਨੂੰ ਪੀਆਰ ਮਿਲ ਸਕੇ ਜੇ ਉਹ ਕਦੀ ਮੰਨ ਲਓ ਕਿ ਉਹ ਆਪਣੇ ਆਪ ਕਰਨਾ ਚਾਹੁੰਦਾ ਕਈ ਵਾਰੀ ਹੋ ਸਕਦਾ ਕਿ ਉਹ ਉਹਦੇ ਵਿੱਚੋਂ ਗਲਤੀ ਕਰ ਲਵੇ ਤੇ ਉਹਦੇ ਵਿੱਚ ਅੱਗੇ ਜਾ ਕੇ ਉਹਨੂੰ ਪੀਆਰ ਨਾ ਮਿਲ ਸਕੇ ਜਾਂ ਵਰਕ ਪਰਮਿਟ ਨਾ ਮਿਲ ਸਕੇ ਜਾਂ ਉਹਨੂੰ ਹੋਰ ਪ੍ਰੋਬਲਮਾਂ ਜਿਹੜੀਆਂ ਉਹਨੂੰ ਕ੍ਰੀਏਟ ਹੋ ਸਕਦੀਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕਿਉਂਕਿ ਸਾਰਿਆਂ ਨੇ ਆਪਣੇ ਸਟਾਫ ਨੂੰ ਵੀ ਟ੍ਰੇਨ ਕੀਤਾ ਅਸੀਂ ਇੱਕ ਅੱਛੀ ਰਾਏ ਦਿੰਨੇ ਆ ਸਟੂਡੈਂਟ ਨੂੰ ਉਹਨੂੰ ਇੱਕ ਸਹੀ ਰਸਤਾ ਦਿੰਨੇ ਆ ਤੇ ਈਵਨ ਅਸੀਂ ਆਫਟਰ ਲੈਂਡਿੰਗ ਤੱਕ ਵੀ ਉਹਨਾਂ ਨੂੰ ਸਰਵਿਸ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਅਸੀਂ ਦੇ ਸਕਦੇ ਹੁੰਨੇ ਆ ਤੁਸੀਂ ਆਪਣਾ ਨਾਮ ਵੀ ਦੱਸੋ ਤੇ ਕੀ ਕਹਿਣਾ ਚਾਹੁੰਦੇ ਸਰ ਜੀ ਮੇਰਾ ਨਾਮ ਦਵਿੰਦਰ ਕੁਮਾਰ ਹੈ ਜੀ ਮੈਂ ਜਨਰਲ ਸੈਕਟਰੀ ਕੌਸ ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰਸੀਜ਼ ਜਲੰਧਰ ਤੋਂ ਹੈ ਜੀ ਤੇ ਸਾਡੀ ਚੰਨੀ ਸਾਹਿਬ ਨੂੰ ਇਹੋ ਬੇਨਤੀ ਕਿ ਸਾਡਾ ਸਾਡੀ ਜਿਹੜੀ ਇੰਡਸਟਰੀ ਹੈ ਬੜਾ ਵਧੀਆ ਜਿਹੜਾ ਕੰਮ ਕਰ ਰਹੀ ਹੈ ਐਨ ਆਰ ਆਈ ਬਣਾਉਂਦੀ ਹੈ ਠੀਕ ਹੈ ਜੀ ਰੈਵਨਿਊ ਜਨਰੇਟ ਕਰ ਰਹੀ ਹੈ ਰੋਜ਼ਗਾਰ ਜਨਰੇਟ ਕਰ ਰਹੀ ਹੈ ਤੇ ਚੰਨੀ ਸਾਹਿਬ ਦੀ ਇਹ ਬੇਨਤੀ ਸਾਡੀ ਸਾਡੇ ਆਇਲ ਸੈਂਟਰ ਜਿਹੜੇ 50% ਨਾਲ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਸਾਰਿਆਂ ਨੂੰ ਤੇ ਸੈਕਿੰਡ ਸਾਡੀ ਇੰਡਸਟਰੀ ਵਿਚ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਚੀਜ਼ਾਂ ਨਾ ਇਨਵੋਲਵਮੈਂਟ ਕੀਤੀ ਜਾਵੇ ਜਿਹਦੇ ਨਾਲ ਸਾਨੂੰ ਬਖੇਦ ਨੂੰ ਪ੍ਰੋਬਲਮ ਆਵੇ ਸੋ ਚਰਜੀ ਸਿੰਘ ਚੰਨੀ ਦੇ ਇੱਕ ਫੈਸਲੇ ਤੇ ਨਰਾਜ਼ਗੀ ਹੈ ਪਰ ਅਸੀਂ ਇਹਨਾਂ ਨੂੰ ਬਾਰ ਬਾਰ ਸਵਾਲ ਪੁੱਛੇ ਨੇ ਕਿ ਜਿਹੜੇ ਕਾਲੀਆਂ ਭੇਡਾਂ ਨੇ ਉਹਦਾ ਚੰਨੀ ਸਾਹਿਬ ਨੂੰ ਜੇ ਹੱਲ ਦੱਸ ਦੇਵਾਂ ਉਹ ਸਾਦਾ ਜਿਹੜੀ ਉਹ ਨੀਤੀ ਆ ਉਹ ਵਾਪਸ ਲੈ ਲੈਣਾ ਕਾਲੀਆਂ ਭੇਡਾਂ ਦਾ ਕੀ ਹੱਲ ਆ ਜੀ ਕੀ ਕਹਿਣਾ ਚਾਹੋ ਸਰ ਇਹਦੇ ਚ ਜਿਹੜੀ ਗੱਲ ਆਈ ਹੈ ਕਿ ਜਿਹੜੇ ਵੀ ਇੱਥੇ ਅਸੀਂ ਕੰਸਲਟੈਂਟਸ ਆਏ ਆ ਜਾਂ ਜਿਹੜੇ ਪ੍ਰੋਫੈਸ਼ਨਲੀ ਕਰਦੇ ਆ ਉਹ ਲਾਈਸੈਂਸ ਹੈ ਕਿ ਗਵਰਨਮੈਂਟ ਨੇ ਲਾਈਸੈਂਸ ਦਿੱਤੇ ਆ 5 5.5 ਹਜ਼ਾਰ ਦੇ ਕਰੀਬ ਲਾਈਸੈਂਸ ਪੰਜਾਬ 'ਚ ਹੈਗੇ ਆ ਐਂਡ ਜਦੋਂ ਵੀ ਲਾਈਸੈਂਸ ਇੱਕ ਪ੍ਰੋਸੈਸ ਹੁੰਦਾ ਵੈਰੀਫਿਕੇਸ਼ਨ ਹੁੰਦੀ ਆ ਸਾਡਾ ਆਫਿਸ ਕਿੱਥੇ ਆ ਉੱਥੋਂ ਪੁਲਿਸ ਇਨਕੁਆਰੀ ਹੁੰਦੀ ਆ ਸਾਡੀ ਰੈਜ਼ਿਡੈਂਸ ਦੀ ਇਨਕੁਆਰੀ ਹੁੰਦੀ ਆ ਜਿੱਥੇ ਅਸੀਂ ਪਿਛਲੇ 5 ਸਾਲਾਂ ਤੋਂ ਕਦੀ ਰਹੇ ਵੀ ਹੋਵਾਂਗੇ ਉੱਥੋਂ ਵੀ ਇਨਕੁਆਰੀ ਹੁੰਦੀ ਆ ਔਰ ਉਹਦੇ ਬਾਵਜੂਦ ਸਾਰਾ ਜੋ ਵੀ ਫਿਰ ਉਤੇ ਰੈਫਰੈਂਸ ਹੁੰਦੇ ਆ ਦੋ ਦੋ ਤਿੰਨ ਗਵਾਹੀਆਂ ਹੁੰਦੀਆਂ ਐਂਡ ਫੀਸ ਦਿੰਨੇ ਆ ਅਗਰ ਇਹ ਸਾਰਾ ਕੁਝ ਕਰਕੇ ਤੁਸੀਂ ਜਿਹੜਾ ਪਰਪਸ ਲਈ ਲਾਇਸੈਂਸ ਬਣਾਇਆ ਉਹਦੇ باوجود ਵੀ ਜੇ ਲੋਕਾਂ ਨੇ ਲਾਇਸੈਂਸ ਨਹੀਂ ਲਏ ਜਾਂ ਜਿਹੜਾ ਨੇ ਹੱਲੇ ਨਹੀਂ ਲਏ ਮਤਲਬ ਜਿਹੜੀ ਗੱਲ ਤੁਸੀਂ ਕਹਿੰਨੇ ਕਾਲੀਆ ਪਿੰਡਾ ਉਹ ਤਾਂ ਹਰ ਪਿੰਡ ਵਿੱਚ ਆ ਜੀ ਕਈ ਪਿੰਡਾਂ 'ਚ ਸਰਪੰਚ ਆ ਕਈ ਪਿੰਡਾਂ 'ਚ ਪੰਚ ਆ ਕਈ ਪਿੰਡਾਂ 'ਚ ਹੋਰ ਮੋਤਵਾਰ ਆ ਜਿਹੜਾ ਜਿਹਨਾਂ ਨੇ ਇਹ ਕਿਸੇ ਨਾ ਕਿਸੇ ਤੋਂ ਦਿੱਲੀ ਜੁੜੇ ਆ ਉਹ ਇੱਥੋਂ ਕੇਸ ਫੜਦੇ ਆ ਤੇ ਉਹ ਕਿਤੇ ਦਿੱਲੀ ਦਿੰਦੇ ਆ ਮਤਲਬ ਇਹ ਵਾਲੀ ਜਿਹੜੀ ਇੰਡਸਟਰੀ ਆ ਸਾਡੀ ਸਟੂਡੈਂਟ ਵੀਜ਼ਾ ਦੀ ਜਾਂ ਆਇਲਸ ਵਾਲੀ ਇੰਡਸਟਰੀ ਇਹ ਕੋਸ ਏਜੰਟਸ ਨਾਲ ਜੋੜ ਕੇ ਦੇਖਣਾ ਦੇਖਣਾ ਹੀ ਗਲਤ ਆ ਉਹਨਾਂ ਨੂੰ ਕਨਸੈਪਟ ਨੂੰ ਅਲੱਗ ਦੇਖਿਆ ਜਾਣ ਚਾਹੀਦਾ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਉਹ ਉਹ ਦੇਖੀ ਜਾਣੀ ਚਾਹੀਦੀ ਉਹ ਸਰਕਾਰ ਦਾ ਕੰਮ ਆ ਤੇ ਪੁਲਿਸ ਦਾ ਕੰਮ ਆ ਸਾਨੂੰ ਜੋ ਟਰੈਵਲ ਐਂਟੀ ਤੇ ਅਲਰਟਸ ਦੇ ਕੋਚਿੰਗ ਵਾਲੇ ਹੈਗੇ ਪੰਜਾਬ ਦੇ ਮੇਨ ਬੰਦੇ ਇਹਨਾਂ ਨੇ ਬਕਾਇਦਾ ਜਥੇਬੰਦੀ ਬਣਾਈ ਆ ਸਾਰੀਆਂ ਜਥੇਬੰਦੀ ਇੱਕ 프ਰੰਟ ਤੇ ਆ ਗਈਆਂ ਨੇ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੇ ਅਪੀਲ ਕੀਤੀ ਆ ਕਿ ਉਹਨਾਂ ਦੇ ਕਾਰੋਬਾਰ ਦਾ ਧਿਆਨ ਰੱਖਿਆ ਜਾਵੇ ਇਹ ਨਾ ਹੋਵੇ ਕਿ ਉਹਨਾਂ ਦਾ ਪਿਛਲੇ 15-20 ਸਾਲ ਤੋਂ ਚੱਲਦਾ ਰੋਜ਼ਗਾਰ ਠੱਪੋ ਕੇ ਰਹਿ ਜਾਵੇ ਕੈਮਰਾਮੈਨ ਦਵਿੰਦਰ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾ ਕਹੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 121% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਬੰਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460